ਮੇਰੀ ਨਾਲ ਦੁਕਾਨ ਇਹਨਾਂ ਦੀ, ਮੈਂ ਪਿੰਡ 3:54 ਤੇ ਮੈਂ ਪਿੰਡ ਗਿਆ, ਪਿੰਡੋਂ 20 ਮਿੰਟ 'ਚ ਮੈਂ ਮੁੜਿਆ, ਵੱਧ ਤੋਂ 25 ਲੱਗੇ ਹੋਣੇ ਆ। ਮੇਰੇ ਆਉਂਦੇ ਮੁੰਡਾ ਪਿਆ ਸੀ ਥੱਲੇ, ਅਸੀਂ ਅੰਦਰੋਂ ਚੱਕਿਆ, ਚੱਕ ਕੇ ਡਾਕਟਰ ਦੇ ਲੈ ਗਏ, ਉਦੋਂ ਹੈ ਨਹੀਂ ਸੀ ਕੁਛ, ਅੱਖਾਂ ਮਾੜੀਆਂ ਜੀ, ਉਦੋਂ ਹਿਲਾਈਆਂ ਆ। ਪੁਲਿਸ ਵਾਲੇ ਦੀ ਕੀ ਕਾਰਵਾਈ ਰਹੀ? ਪੁਲਿਸ ਵਾਲਾ ਉੱਥੇ ਕੋਈ ਨਹੀਂ ਆਇਆ ਹਜੇ ਤੱਕ, ਇੱਥੇ ਨਹੀਂ ਆਏ, ਜਾ ਕੇ ਘੰਟੇ ਬਾਅਦ ਉੱਥੇ KSI ਆਇਆ ਸੀ, ਮਾੜੀ ਜਿਹੀ ਕਾਰਵਾਈ ਕਰਕੇ ਮੁੜ ਗਏ। ਆਹ ਵੇਖ ਲਓ ਹੁਣ ਟਾਈਮ ਕੀ ਹੋ ਗਿਆ ਜੀ, 3-4 ਘੰਟੇ ਹੋ ਗਏ ਜੀ, ਕੋਈ ਹਜੇ ਕੋਈ ਨਹੀਂ ਆਇਆ ਇੱਥੇ, ਕਿਸੇ ਨੇ ਕੋਈ ਸੁਣਵਾਈ ਨਹੀਂ ਹੋਈ। ਸਾਡੀ ਮੰਗ ਹੀ ਇਹ, ਸਾਨੂੰ ਕੋਈ ਪੂਰਾ ਕਲੀਅਰ ਇਨਸਾਫ਼ ਮਿਲਣਾ ਚਾਹੀਦਾ, ਕੌਣ ਆ, ਕੀ ਹੋਇਆ। ਇੱਥੇ ਹੈਗਾ ਲਵਪ੍ਰੀਤ ਸਿੰਘ, ਲੜਕਾ ਹੈਗਾ 14 ਸਾਲ ਦਾ, ਸੁਖਮੰਦਰ ਸਿੰਘ ਦਾ। ਇਹਨਾਂ ਦੀ ਇੱਥੇ ਸ਼ੋਪ ਆ ਕਰਿਆਨੇ ਦੀ, ਜਿਸ ਵਿੱਚ ਕੋਲਡ ਡਰਿੰਕਸ ਵਗੈਰਾ ਹੈਗਾ। ਉਹਦੇ ਵਿੱਚ ਇਹਦੀ ਬੋਡੀ ਉੱਥੇ ਹੋਸਪਿਟਲ ਚੱਕ ਕੇ ਲਗਾਈ ਆ, ਵੀ ਰੱਸਾ ਸੀ ਵੇਖਿਆ ਜਿਹਦੇ ਵਿੱਚ ਕਿਹਾ ਇਹਨਾਂ ਨੇ ਲਮਕਦੀ ਸੀ, ਅਤੇ ਇਹਦੇ ਵਿੱਚ ਸਾਰਾ ਉਹਦੇ ਬਾਪ ਦਾ ਬਿਆਨ ਲਿਖ ਕੇ ਅਸੀਂ ਕਾਰਵਾਈ ਕਰ ਰਹੇ ਹਾਂ।